ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕੀਤੀ ਹੈ, ਤੁਹਾਡੀ ਇਸ ਖਲਬਲੀ ਨੇ ਮੇਰਾ ਵੀ ਇੱਕ ਲੰਮਾ ਅਦਾ ਕਰ ਦਿੱਤਾ। ਮੈਂ ਬਾਬਾ ਜੀ ਨੂੰ ਜ਼ਰੂਰੀ ਕੋਈ ਗੱਲ ਕਰਨੀ ਸੀ, ਤੁਸੀਂ ਨਹੀਂ ਕਰਨ ਦਿੱਤੀ ਮੈਨੂੰ। ਵਾਹ ਬਈ ਵਾਹ ਸੱਜਣਾ, ਵਾਹ ਬਈ ਵਾਹ ਸੱਜਣਾ, ਬਹਿ ਜਾਓ। ਬਿਸਮਿਲ੍ਲਾ ਬਿਸਮਿਲ੍ਲਾ ਜਨਾਬ, ਬਿਸਮਿਲ੍ਲਾ ਬਿਸਮਿਲ੍ਲਾ ਜੀ ਮੀਆਂ ਸਾਹਿਬ, ਕਿਆ ਬਾਤ ਹੈ ਜੀ ਜੀ, ਹੋ ਜਾਂਦਾ ਹੋ ਜਾਂਦਾ। ਇਹ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਜੀ, ਸੂਫੀ ਜੀ ਤਬਸਰਾ ਬਾਅਦ ਵਿੱਚ ਹੋ ਜਾਏ, ਬੈਠ ਜਾਓ ਉੱਥੇ, ਤੁਹਾਡੀ ਮਿਹਰਬਾਨੀ। ਮੈਂ ਤੁਹਾਨੂੰ ਹੁਣ ਕੀ ਦੱਸਾਂ ਵੀ ਕੀ ਕਹਿਣਾ ਚਾਹੁੰਦਾ ਤੁਹਾਨੂੰ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਜ਼ਰੂਰੀ, ਇਹ ਬਹੁਤ ਜ਼ਰੂਰੀ ਚਿੱਠ ਹੈ ਜਿਹੜੀ ਮੈਂ ਪੜ੍ਹਨਾ ਚਾਹੁੰਦਾ। ਅੱਲਾ ਅੱਲਾ, ਓਏ ਹੋਏ ਹੋਏ, ਇਹ ਜ਼ਰੂਰੀ ਗੱਲ ਕਰਨਾ ਚਾਹੁੰਦਾ, ਬੈਠੋਗੇ ਤਾਂ ਫਿਰ ਕਰਾਂਗਾ। ਭਾਈ ਜੀ ਬੈਠੋਗੇ, ਹਜ਼ਰਤ ਸਾਹਿਬ ਦੱਸੋ ਕਿਆ ਖੈਰ ਹੈ। ਤੁਹਾਡੀ ਮਿਹਰਬਾਨੀ ਯਾਰ, ਤੁਹਾਡੇ ਨਾਲੋਂ ਸਾਨੂੰ ਵੀ ਜ਼ਿਆਦਾ ਜਲਦੀ ਹੈ, ਮਜ਼ਾਕ ਨਹੀਂ, ਤੀਜਾ ਦਿਨ ਹੋ ਗਿਆ ਹੈ। ਮੇਰਾ ਛੋਟਾ ਬੇਟਾ 4 4.5 ਸਾਲ ਦਾ, ਉਹ ਮੁਸਲਸਲ 5-5 ਵਾਰੀ ਡੇਲੀ ਫੋਨ ਕਰਦਾ, ਆਹ 3 ਦਿਨ ਹੋ ਗਏ ਨੇ, ਮੈਂ ਜਾ ਕੇ ਉਹਨਾਂ ਦੀ ਸੂਰਤ ਨਹੀਂ ਤੱਕ ਸਕਿਆ। ਅਸੀਂ ਵੀ ਕੋਈ ਯਾਰ ਸਟੀਲ ਦੇ ਬਣੇ ਨਹੀਂ ਹੁੰਦੇ, ਅਤੇ ਯਕੀਨਨ ਸਾਡੇ ਕੋਲ 2 ਮਹਿਮਾਨ ਬਾਕੀ ਨੇ, ਅਤੇ ਇਹ ਮਹਿਫਲ ਦਾ ਜਿਹੜਾ ਤੁਸੀਂ ਰੰਗ ਬਣਾ ਲਿਆ, ਇਹ ਇੰਝ ਰੰਗ ਹੁੰਦਾ ਨਹੀਂ। ਦੁਆ ਇਬਾਦਤ ਕਾ ਮਕਸਦ ਹੋਤੀ ਹੈ, ਤੁਸੀਂ ਅਗਰ ਬੈਠ ਜਾਓਗੇ ਤੁਹਾਡੀ ਮਿਹਰਬਾਨੀ। ਭਾਈਜਾਨ ਬਹਿ ਜਾਓਗੇ ਤਾਂ ਚੰਗੇ ਜੀ। ਸੂਫੀ ਜੀ ਮੰਨ ਲਓ ਕਹਿੰਦੇ ਜਾਣਾ ਨਹੀਂ, ਜੇ ਜਿਹੜਾ ਨਹੀਂ ਜਾਂਦਾ ਉਹਨੂੰ ਚੱਕ ਕੇ ਲੈ ਜਾਓ, ਜ਼ਬਰਦਸਤੀ ਚਾਚੂ ਜੀ ਲੈ ਜਾਓ। ਚੱਲ ਜਾਓ ਜੀ, ਇਹਨਾਂ ਦੀ ਮੰਨ ਲਓ ਵੱਡਿਆਂ ਦੀ ਗੱਲ, ਮੰਨ ਲਓ ਮੰਨ ਲਓ ਮੰਨ ਲਓ, ਕਈਆਂ ਸਵੇਰੇ ਫੌਤ ਹੋ ਜਾਣਾ। ਹਾਏ ਅੱਲਾਹ ਅਕਬਰ, ਵਾਹ ਮੇਰੀ ਕੌਮ, ਵਾਹ ਮੇਰੀ ਕੌਮ, ਸੁਭਾਨ ਅੱਲਾਹ ਖੁਦਰਾ। ਇਹ ਚਿੱਠੀ ਜਿਹੜੀ ਆਈ ਹੈ ਮੈਂ ਕਾਲੀ ਸਭ ਤੋਂ ਪਹਿਲੇ ਪੜ੍ਹਨੀ ਹੈ, ਜ਼ਰੂਰੀ ਗੱਲ ਦੇਖੋ ਤੁਹਾਡੇ ਨਾਲ ਕਰਨੀ। ਬਹੁਤ ਸ਼ੁਕਰੀਆ ਜੀ, ਜਿਹੜੇ ਦੋਸਤ ਖੜ੍ਹੇ ਉਹਨਾਂ ਅੱਗੇ ਮੇਰੀ ਗੁਜ਼ਾਰ, ਜਿਹਨਾਂ ਦੇ ਅੱਗੇ ਖਾਲੀ ਜਗ੍ਹਾ ਹੈ ਉਹਨਾਂ ਨੂੰ ਮੈਂ ਮਦੀਨੇ ਵਾਲੇ ਦਾ ਵਾਸਤਾ ਦੇਣਾ, ਪਿੱਛੇ ਵੀ ਤਾਂ ਮੈਂ ਥੋੜ੍ਹੀ ਅੱਗੇ ਆ ਜਾਓ, ਮੈਂ ਅੱਜ ਤੱਕ ਵਾਸਤਾ ਨਹੀਂ ਦਿੱਤਾ ਕਿਸੇ ਨੂੰ, ਤੁਸੀਂ ਮੇਰੀ 25 ਸਾਲਾਂ ਸਰਵਿਸ ਵੇਖ ਲਓ, ਮੈਂ ਕਦੀ ਵਾਸਤਾ ਨਹੀਂ ਦਿੱਤਾ, ਲੇਕਿਨ ਅੱਜ ਮੈਂ ਤੁਹਾਡੇ ਅੱਗੇ ਹੱਥ ਬੰਨ ਖਲੋਤਾ, ਬੜੀ ਮਿਹਰਬਾਨੀ, ਕਿਉਂਕਿ ਇਹ ਟੀਮ ਮੇਰੀ ਬੜੀ ਸਾਦਾ ਜਿਹੀ ਹੈ, ਇਹ ਬਗੈਰ ਮਸ਼ਰੇ ਤੋਂ ਇਹਨਾਂ ਨੇ ਲੰਮਾ ਚੌੜਾ ਇਤਨਾ ਕੰਮ ਕਰ ਲਿਆ, ਵਰਨਾ ਇੱਕ ਸਨਾ ਖਾਨ ਇੱਕ ਤਿਲਾਵਤ ਉੱਥੋਂ ਬਾਬਾ ਜੀ ਦਾ ਬਿਆਨ, ਜਿੱਥੇ ਫਿਰ ਬਿਆਨ ਨਾ ਹੋਵੇ ਫਿਰ ਨਾਥ ਖਾਨੀ ਹੋਵੇ ਫਿਰ ਸਾਰੀ ਰਾਤ ਨਾਥ ਖਾਨੀ ਹੋਵੇ, ਜਦੋਂ ਐਸਾ ਬਿਆਨ ਹੋਵੇ ਫਿਰ ਬੰਦਿਆਂ ਨੂੰ ਡੱਕਣਾ, ਕੋਈ ਵਸਦਾ ਰਹੂਗੇ, ਸੈਲਾਬ ਆਵੇ ਅਤੇ ਪਾਣੀ ਅੱਗੇ ਕੋਈ ਬੰਦੇ ਦਾ ਵਸ ਹੈ, ਹੈ ਵਸ, ਅਤੇ ਆਵਾਮ ਅੱਗੇ ਮੇਰਾ ਕੀ ਵਸ ਹੈ, ਤੁਸੀਂ ਤਾਂ ਸੈਲਾਬ ਨਾਲ ਵੀ ਵੱਧ ਤੇਜ਼ ਹੋ। ਹਾਂਜੀ, ਆਹ ਜਿਹੜੇ ਚਲੇ ਗਏ ਉਹ ਵੀ ਅੱਲਾਹ ਤਾਲਾ ਉਹਨਾਂ ਨੂੰ ਵੀ ਸਲਾਮਤ ਰੱਖੇ, ਅਤੇ ਜਿਹੜੇ ਬੈਠੇ ਹੋ ਤੁਸੀਂ ਵੀ ਆਬਾਦ ਰਹੋ। ਬਹੁਤ ਸ਼ੁਕਰੀਆ, ਤੁਹਾਡੀ ਮਿਹਰਬਾਨੀ ਜਨਾਬ, ਜਿਹੜੇ ਦੋਸਤ ਪਿੱਛੇ ਬੈਠੇ ਨੇ ਉਹਨਾਂ ਅੱਗੇ ਗੁਜ਼ਾਰਿਸ਼ ਹੈ ਅੱਗੇ ਤਸ਼ਰੀਫ ਲਿਆਓ। ਇੱਕ ਬੜੀ ਜ਼ਰੂਰੀ ਗੱਲ ਮੈਂ ਬਾਬਾ ਜੀ ਸਰਕਾਰ ਨਾਲ ਕਰਨੀ ਜ਼ਰੂਰੀ ਸੀ, ਅਲਹਮਦੁਲਿਲਾ ਮੈਂ ਤੁਹਾਨੂੰ ਕੀ ਦੱਸਾਂ ਕਿਤਨਾ ਜ਼ਰੂਰੀ ਸੀ, ਕਿਸੇ ਦੀ ਜ਼ਿੰਦਗੀ ਦਾ ਮਾਮਲਾ ਹੈ ਤਾਂ ਮੈਂ ਡਿਸਕਸ ਕਰ ਰਹੀ ਸੀ ਇੱਕ ਮਿੰਟ ਵਾਸਤੇ, ਲੇਕਿਨ ਅਹਬਾਬ ਨੇ ਮਾਹੌਲ ਐਸਾ ਪੈਦਾ ਕਰ ਦਿੱਤਾ ਅਤੇ ਮੈਂ ਇਨਸ਼ਾਅੱਲਾ ਫੋਨ 'ਤੇ ਕਰਾਂਗਾ। ਮੈਂ ਅਗਲੇ ਸਨਾਖਾਂ ਨੂੰ ਦਾਵਾ ਦੇਣ ਲੱਗਾ, ਹਮਾਦ ਜਵਾਦ ਨਕਸ਼ਬੰਦੀ ਬਰਾਦਰਾਨ ਤਸ਼ਰੀਫ ਲਿਆਉਣਗੇ ਔਰ ਆਪਣੀ ਹਾਜ਼ਰੀ ਪੇਸ਼ ਕਰਨਗੇ, ਦੋਨੋਂ ਬੇਟੇ ਮਿਲ ਕੇ ਨਬੀ ਪਾਕ ਦੀ ਪਾਕ ਬਾਰਗਾ 'ਚ ਗੁਲਹਾਏ ਅਕੀਦਤ ਪੇਸ਼ ਕਰਨਗੇ। ਹਮਾਦ ਜਵਾਦ ਬਰਾਦਰਾਨ, ਇਹਨਾਂ ਤੋਂ ਫੌਰਨ ਬਾਅਦ ਕਾਰੀ ਸ਼ਾਹਿਦ ਮਹਿਮੂਦ ਕਾਦਰੀ ਸਾਹਿਬ, ਆਲਮ ਇਸਲਾਮ ਦੀ ਮਾਰੂਫ ਔਰ ਖੂਬਸੂਰਤ ਆਵਾਜ਼। ਦੋਸਤੋ ਤੁਸੀਂ ਬੈਠ ਜਾਓਗੇ, ਇਹ ਜਿਹੜੇ ਖੜ੍ਹੇ ਹੋ, ਇਹ ਜਿਤਨੇ ਦੋਸਤ ਖੜ੍ਹੇ ਨੇ, ਭਾਈ ਜਾਨ ਬਹਿ ਜਾਓਗੇ ਜਾਂ ਮੈਨੂੰ ਦੱਸੋ, ਮੈਂ ਉਹਨਾਂ ਬੰਦਿਆਂ ਦੇ ਨਾਂ ਲਵਾਂ ਜਿਹੜਾ ਜ਼ਰੂਰੀ ਸਮਝਦੇ ਨੇ ਕਿ ਸਾਡਾ ਨਾਂ ਲਿਆ ਜਾਏ। ਤਕਲੀਫ ਹੁੰਦੀ ਹੈ ਯਾਰ ਇਸ ਮਾਮਲੇ 'ਚ, ਸੋਸ਼ਲ ਮੀਡੀਆ 'ਤੇ ਸਾਡੀਆਂ ਚੜ੍ਹ ਜਾਂਦੇ ਨੇ ਸਾਰੇ ਸਿਲਸਿਲੇ, ਫਿਰ ਲੋਕ ਗੱਲਾਂ ਕਰਦੇ ਨੇ ਕਿ ਉਂਝ ਕਹਿੰਦੇ ਨੇ ਤੇਰਾ ਖਾਵਾਂ ਅਤੇ ਤੇਰੇ ਗੀਤ ਗਾਵਾਂ ਯਾਰ ਸੁਲੱਲਾ, ਅਤੇ ਫਿਰ ਇੰਝ ਭੱਜ ਭੱਜਦੇ ਨੇ। ਇਹ ਵੀ ਜ਼ਰੂਰੀ ਨਹੀਂ ਹੁੰਦਾ, ਜਿਹੜੇ ਮਹਿਮਾਨ ਬੁਲਾਏ ਹੁੰਦੇ ਨੇ ਉਹਨਾਂ ਦੀ ਮਹਿਮਾਨ ਨਵਾਜ਼ੀ ਵੀ ਜ਼ਰੂਰੀ ਹੁੰਦੀ, ਮਹਿਮਾਨ ਨਵਾਜ਼ੀ ਦਾ ਦੂਜਾ ਨਹੀਂ ਜੀ, ਨਹੀਂ ਤੁਸੀਂ ਕੁਝ ਨਾ ਆਖਿਆ ਵੀ ਤੁਹਾਡੇ ਨਾਲ ਨਾਰਾਜ਼ ਹੋ ਜਾਣਗੇ, ਡਾਂਗੋ ਸੋਟੀ ਹੋ ਜਾਓਗੇ, ਖੈਰ ਨੇ ਮੈਂ ਜੋ ਗੁਜ਼ਾਰਿਸ਼ ਕਰ ਰਿਹਾ ਵੀ ਤੁਹਾਡੇ ਗੱਲ ਹੀ ਨਾ ਪੈ ਜਾਣਾ ਆ ਕੇ, ਜਿਹੜੇ ਮਿਹਨਤ ਨੂੰ ਨਹੀਂ ਮੰਨਦੇ ਤੁਹਾਡੇ ਇਸ਼ਾਰੇ ਨੂੰ ਮੰਨਣ ਲੱਗੇ, ਆਹੋ ਜਿਹੜੇ ਪਿੱਛੇ ਖੜ੍ਹੇ ਨੇ 5-7 ਉਹਨਾਂ ਅੱਗੇ ਵੀ ਮੇਰੀ ਗੁਜ਼ਾਰਿਸ਼, ਜਿਹੜੇ ਦੋਸਤ ਪਿੱਛੇ ਬੈਠੇ ਨੇ ਉਹਨਾਂ ਅੱਗੇ ਮੇਰੀ ਮਿਹਨਤ ਹੈ, ਇਹ ਜਿਹੜੇ 5-7 ਪਿੱਛੇ ਬੈਠੇ ਤੁਹਾਡੇ ਅੱਗੇ ਹਜ਼ਰਤ ਮੈਂ ਗੁਜ਼ਾਰਿਸ਼ ਕਰ ਰਿਹਾ, ਤੁਹਾਡੇ ਅੱਗੇ ਗੁਜ਼ਾਰਿਸ਼ ਕੀਤੀ, ਅਪੀਲ ਕਰ ਰਿਹਾ, ਮੈਨੂੰ ਇਫਤਖਾਰ ਨਾ ਸਮਝੋ, ਤਰਲਾ ਕਮੇਟੀ ਦਾ ਇੰਟਰਨੈਸ਼ਨਲ ਸਤਰ 'ਤੇ ਚੇਅਰਮੈਨ ਸਮਝ ਲਓ, ਹੋਰ ਇਸ ਤੋਂ ਵੱਡੀ ਗੱਲ ਕੋਈ ਨਹੀਂ। ਠੀਕ ਹੈ ਜਨਾਬ, ਮੈਂ ਉਹ ਨਿਕੰਮਾ ਜਿਹਾ ਬੰਦਾ ਜਿਹਨੇ ਹਮੇਸ਼ਾ ਮਹਿਫਲ ਦੀ ਕਾਮਯਾਬੀ ਤੱਕੀ ਹੈ, ਆਪਣਾ ਫਨ ਨਹੀਂ ਵਿਖਾਇਆ, ਅਤੇ ਨਾ ਅੱਲਾ ਮੈਨੂੰ ਤੋਫੀਕ ਦੇਵੇ ਕਿ ਇੱਕ ਮੈਂ ਫਨ ਸਮਝ ਕੇ ਆਇਆ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮਹਿਫਲ ਇੱਥੇ ਹੋਵੇ, ਸਲਾਤੋ ਸਲਾਮ ਹੋ ਜਾਏ, ਲੇਕਿਨ ਜਦੋਂ ਇੰਤਜ਼ਾਮੀਆਂ ਬਗੈਰ ਮਸ਼ਵਰੇ ਤੋਂ ਸਾਰਾ ਕੰਮ ਕਰ ਲੈਂਦੀ ਹੈ ਤਾਂ ਫਿਰ ਹੋ ਜਾਂਦਾ। ਇਹ ਜਿਹੜੀਆਂ ਚਿੱਟਾਂ ਆਈਆਂ ਨੇ, ਜਦੋਂ ਮੈਂ ਐਲਾਨ ਕਰਾਂਗਾ ਉੱਥੇ ਜਾ ਕੇ ਵੇਖ ਲੈਣਾ ਕਿ ਬੰਦੇ ਉੱਠਦੇ ਨੇ ਕਿ ਬੰਦੇ ਬੈਠੇ ਰਹਿੰਦੇ, ਕਿਉਂਕਿ ਉਹ ਇੰਤਜ਼ਾਮੀਆਂ ਹਮੇਸ਼ਾ ਮਸ਼ਵਰਾ ਕਰਦੀ ਹੈ, ਜਿਹੜੇ ਭੋਲੇ ਬੰਦੇ ਹੁੰਦੇ ਨੇ ਉਹ ਬਗੈਰ ਮਸ਼ਵਰੇ ਤੋਂ ਸਾਰਾ ਕੰਮ ਕਰ ਲੈਂਦੇ। ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ, ਹਮਾਦ ਜਵਾਦ ਨਕਸ਼ਬੰਦੀ ਆਪਣੀ ਹਾਜ਼ਰੀ ਪੇਸ਼ ਕਰ। ਬੇਟਾ 10-15 ਮਿੰਟ ਜੀ ਕੰਮ ਚੁੱਕ ਦਿਓ, ਦਰੂਦ ਪਾਕ ਆਵਾਜ਼ ਬੁਲੰਦ ਪੜ ਲੈ, ਸੱਲੱਲਾਹੁ ਅਲੈਹਿ ਰਸੂਲ ਅੱਲਾਹ।
وسلم علیک یا حبیب اللہ. کوئی ڈھیر رومال کوئی ڈھیر رومال کوئی ڈھیر رومال او میں تے نوکر ہاں زہرا دے لالا دا او میں تینو کر ہاں زہرا دے لالا دا جڑا پڑھ سکتا ہاتھ بلند کر کے کہے صلی اللہ علیہ یا یا رسول اللہ وسلم علیک یا حبیب اللہ. حمد باری تعالی اپنے مالک دا نام لینے چکنا نہیں باوا سے بولن ہاں دل دے ورکے ورکے اتے لکھے آگو یا اللہ. نعرے تکبیر نعرے تکبیر نعرے تکبیر. مجھے رات دعا دینا جڑا بندہ اپنے مالک دے نام تے بولے اس مہینے مدینے جاوے جڑا بولنا چاہندا ایک میری ہاتھ چک کے گا دل دے ورکے ورکے اتے لکھے آگو یا اللہ گو. دل دے ورکے ورکے اتے لکھے آگو یا اللہ گو. دل دے ورکے ورکے اتے لکھے آگو یا اللہ گو. دل دے ورکے ورکے اتے لکھے آگو یا اللہ گو. دل دے ورکے ورکے اتے لکھے آگو یا اللہ. لوریاں دے وچ ماتے کولو لوریاں دے وچ ماتے کولو لوریاں دے وچ ماتے کولو سکھیا ہویا اللہ گو. دل دے ورکے ورکے اوتے لکھیا گویا اللہ گو. دل دے ورکے ورکے اوتے لکھیا گویا اللہ گو. دل دے ورکے ورکے اوتے لکھیا گویا اللہ گو. پہلا شعر توجہ رکھنی ہے میریاں ساواں دے ساواں دی دھڑکن دی اے تسبیح میریاں ساواں دے ساواں دی دھڑکن دی اے تسبیح مینوں سب کے میرے سایہ مینوں سب کے میرے سایہ مینوں سب کے میرے سایہ دسیا ہویا اللہ گو. دل دے ورکے ورکے اوتے لکھیا گویا اللہ گو. دل دے ورکے ورکے اوتے لکھیا گویا اللہ گو. دل دے ورکے ورکے اوتے لکھیا گویا اللہ گو. دل دے ورکے ورکے اوتے لکھیا گویا اللہ گو. اور عشق دی مستی دے وچ میں دے ہر دم ڈوبیا رہنا وا عشق دی مستی دے وچ میں دے ہر دم ڈوبیا رہنا وا میرے تن من لولو الدر میرے تن من لولو الدر رچیا ہویا اللہ گو. دل دے ورکے ورکے اوتے لکھیا گویا اللہ گو. کہہ دو سبحان اللہ. انجنی ذرا گاچ کی کہو سبحان اللہ.
ਜਿਹੜਾ ਹੁਸੈਨੀ ਬੈਠਾ ਇੱਕ ਵਾਰੀ ਗੱਜ ਕੇ ਕਹੋ ਸੁਭਾਨ ਅੱਲਾਹ, ਭਾਵੇਂ ਕੋਈ ਸਟੇਜ 'ਚ ਭਾਵੇਂ ਕੋਈ ਥੱਲੇ ਬੈਠਾ ਇੱਕ ਵਾਰੀ ਬੁਲੰਦ ਆਵਾਜ਼ ਨਾਲ ਕਹੋ ਸੁਭਾਨ ਅੱਲਾਹ। ਜ਼ਿਕਰ ਹੁਸੈਨ 'ਚ ਜਿਹੜਾ ਬੰਦਾ ਜਿੰਨਾ ਖੁਸ਼ ਬੈਠਾ ਉਹਨੀ ਬੁਲੰਦ ਆਵਾਜ਼ ਨਾਲ ਕਹੋ ਸੁਭਾਨ ਅੱਲਾਹ। ਹਾਂ ਹਾਂ ਹੱਕ ਨਿਭਾਣਾ ਮੇਰੇ ਹੁਸੈਨ ਕਾ ਹੈ। ਹੱਕ ਨਿਭਾਣਾ ਮੇਰੇ ਹੁਸੈਨ ਕਾ ਹੈ, ਹਰ ਜ਼ਮਾਨਾ 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 ਮੇਰੇ ਹੁਸੈਨ ਕਾ ਹੈ। ਜਿਹੜਾ ਬੰਦਾ ਨਹੀਂ ਬੋਲਿਆ ਉਹਨੇ ਕਦੀ ਨਹੀਂ ਬੋਲਣਾ, ਜਿਹੜਾ ਬੰਦਾ ਬੋਲਿਆ ਉਹਦੀ ਅਜ਼ਮਤ ਨੂੰ ਸਲਾਮ ਹੈ, ਜਿਹੜਾ ਸੁਨਤ ਨੂੰ ਅਪਣਾਉਣਾ ਚਾਹੁੰਦੇ ਹੱਥ ਚੁੱਕ ਕੇ ਕਹੇਗਾ, ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ, ਬੋਲੋ ਨਾ ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ, ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ, ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ। ਮੇਰੇ ਦਾਮਨ ਇਸ ਮੇਰੇ ਦਾਮਨ ਮੇਂ ਇਸ ਸੇ ਬੜਾ ਸ਼ੇਰ ਕੋਈ ਨਹੀਂ, ਤਵੱਜੋ ਰੱਖਣੀ ਹੈ। ਹਾਂ 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 ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ, ਹਾਂ 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 ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ। ਔਰ ਮੇਰੇ ਘਰ ਮੇਂ ਚਰਾਗ ਚਲਤੇ ਹੈ, ਮੇਰੇ ਘਰ ਮੇਂ ਚਰਾਗ ਚਲਤੇ ਹੈ, ਆਨਾ ਜਾਨਾ ਮੇਰੇ ਹੁਸੈਨ ਕਾ ਹੈ, ਆਨਾ ਜਾਨਾ ਮੇਰੇ ਹੁਸੈਨ ਕਾ ਹੈ, ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ, ਬੋਲੋ ਨਾ ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ, ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ। ਜਿਹੜਾ ਸ਼ੇਰ ਪੜ੍ਹਨ ਲੱਗਾ ਇਹ ਤੁਹਾਡੇ ਤੇ ਛੱਡਿਆ, ਤੁਸੀਂ ਦਾਤ ਕਿਵੇਂ ਦੇਣੀ ਹੈ, ਭਾਵੇਂ ਟਾਈਮ ਕਿੰਨਾ ਵੀ ਹੋ ਗਿਆ, ਜਸ਼ਨ ਸੱਜਿਆ ਪਿਆ, ਜ਼ਿਕਰੇ ਅਲੀ ਹੋ ਰਿਹਾ, ਤਵੱਜੋ ਰੱਖਣੀ ਹੈ। ਹਾਂ 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 ਜਸ਼ਨ ਕਾ ਯੇ ਸਮਾਂ ਬਤਾਤਾ ਹੈ, ਨਾਰਾ ਹੈਦਰੀ, ਜਸ਼ਨ ਕਾ ਯੇ ਸਮਾਂ ਬਤਾਤਾ ਹੈ, ਅੱਜ ਆਨਾ ਮੇਰੇ ਹੁਸੈਨ ਕਾ ਹੈ, ਅੱਜ ਆਨਾ ਮੇਰੇ ਹੁਸੈਨ ਕਾ ਹੈ, ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ, ਬੋਲੋ ਨਾ ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ, ਹਰ ਜ਼ਮਾਨਾ ਮੇਰੇ ਹੁਸੈਨ ਕਾ ਹੈ। ਔਰ ਜਿਸ ਕੇ ਸਦਕੇ ਮੈਂ ਕਾਇਨਾਤ ਬਣੀ, ਕਹਿ ਸਕਦੇ ਹੋ ਸੁਭਾਨ ਅੱਲਾ, ਜਿਹੜਾ ਮੰਨਦਾ ਭਾਵੇਂ ਕਿ ਖੜਾ ਭਾਵੇਂ ਬੈਠਾ ਇੱਕ ਵਾਰੀ ਗੱਜ ਕੇ ਕਹੋ ਸੁਭਾਨ ਅੱਲਾ। ਹਾਂ ਜਿਸ ਕੇ ਸਦਕੇ ਮੈਂ ਕਾਇਨਾਤ ਬਣੀ, ਦਾਏ ਬਸ ਬੁਲੰਦ ਕਰਕੇ, ਵੋ ਵੀ ਨਾਨਾ ਮੇਰੇ ਹੁਸੈਨ ਕਾ ਹੈ, ਐਸਾ ਨਾਨਾ ਮੇਰੇ
حسین کا ہے ہر زمانہ میرے 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 حسین کا ہے گج کی گو سبحان اللہ جس جگہ پور بنائے جاتے ہیں آستانہ میرے حسین کا ہے آستانہ میرے حسین کا ہے ہر زمانہ 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 میرے حسین کا جڑا کہنا چاہتے ہیں کوئی دونوں بازو بلند کر کے لہراج کبھی ہر زمانہ میرے حسین کا ہے 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 اور اگ رہا ہے جو باد کرب و بلا کرب و بلا جڑا کھاندے ہاتھ شوک کے کہے گا دانا دانا میرے حسین کا ہے دانا دانا میرے حسین کا ہے ہر زمانہ میرے حسین کا ہے ہر زمانہ میرے حسین کا ہے کوئی پوچھے یہ دور کس کا ہے ہاں کوئی پوچھے یہ دور کس کا ہے تم بتانا میرے حسین کا ہے تم بتانا میرے حسین کا ہے ہر زمانہ میرے حسین کا ہے ہر زمانہ میرے حسین کا ہے ہر زمانہ میرے حسین کا ہے ایک بڑی کیمرے والے بھائی کیمرہ گھما جڑا پاویں کھڑا ہے کوئی بیٹھے زہرہ پاک دے دو لالہ دا صدقہ ایک بڑی دونوں بازو بلند کرنے دونوں بازو بلند کر کے لہرا کے کہنے ہر زمانہ میرے حسین کا ہے ہر زمانہ میرے حسین کا ہے ہر زمانہ میرے حسین کا ہے بولو نا ہر زمانہ میرے حسین کا ہے ہر زمانہ میرے حسین کا ہے بڑے خوبصورت کلام عقیدے دی گل ہے توجہ رکھنی ہے
हाँ कौन है आप सा या नबी नारे रिसालत देखो भाई गल मनन वाले दी बंदी है जेड़ा मानदा है एक बारी दाया बस बुलंद करके कहेगा कौन है आप सा या नबी 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 आप है रुलवरा या नबी आप है रुलवरा या नबी आप है रुलवरा या नबी मैं हुजूर दा मौजजा पढ़न लगा जिदे सीने च ठंड पवे बंदा उछल के कहेगा सुभान अल्लाह चांद को तोड़कर जोड़ना चांद को तोड़कर जोड़ना काम है आपका या नबी काम है आपका या नबी जेड़ा मानता है दाएं बाजू बुलंद करके काम है आपका या नबी काम है आपका या नबी गुलाम नबी मुस्कुरा कर जरा ऐ गुलामे नबी मुस्कुरा कर जरा करना की गे एक नारा लगा या नबी एक नारा लगा या नबी नारा रिसालत एक नारा लगा या नबी एक नारा लगा या नबी जिदा मौला अली हाथ चुके मैं अली दे मौला दा जिक्र कर रहा कह दो सुभान अल्लाह जेड़ा करना चाहंदा है एक बारी दोनों हाथ बुलंद करके लहरा के कहेगा या नबी और बोले यूसुफ के मैं
گیا آپ پہ بولے یوسف کے میں ہو گیا آپ پہ جڑا ہویا بیٹھے ہاتھ چک کے گا جانو دل سے فدا یا نبی یا نبی 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 ڈال کر مشکلوں کو بھی مشکل میں یوں ڈال کر مشکلوں کو بھی مشکل میں یوں ڈال کر مشکلوں کو بھی مشکل میں یوں بولے شیر خدا یا نبی یا نبی 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 اللہ پاک تانو سدا مسکراندے رکھے آخری گل ذکر علی جیڑا علی دا منگتا بیٹھا وہ ضرور بولے گا آخری گل میری حاضری مکمل ہاں ہاں علی دا منگتا منگتا 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 جنتا وٹ جائے علی دا منگتا منگتا علی دا منگتا منگتا جنتا وٹ جائے علی دا منگتا منگتا علی دا منگتا منگتا علی دا منگتا منگتا جنتا وٹ جائے ہاں آپ تو کر اندازہ بندیا آپ تو کر اندازہ ایک پاک پتن دروازہ علی دا منگتا منگتا علی دا منگتا منگتا علی دا جڑا بیٹھا ایک بری ہاتھ چک کے آخری بری لہرا کے کہہ دے ہاں علی دا منگتا منگتا علی دا منگتا منگتا علی دا منگتا منگتا جنتا واہ واہ واہ